रूपनगर विच नगर कौंसल चोणां नूं लै के लोक इंसाफ पार्टी रूपनगर दे जिला प्रधान जोरावर सिंह भाउवाल की अगुवाई विच रूपनगर स्थानक सरकारा नगर कौंसल चोणां संबंधी मीटिंग हुई, जिस विच रूपनगर दे लोक इंसाफ पार्टी दे हलका इंचार्ज गुरमीत सिंह गोगी अते लोक इंसाफ पार्टी दे वर्कर वड्डी गिणती विच शामिल होए। इस मौके जिला प्रधान जोरावर सिंह भाउवाल ने कहा कि असी सारे वार्डां ते अपने उम्मीदवार उतारन जा रहे हैं ਅਤੇ ਜਲਦੀ ਹੀ ਨਗਰ ਕੌਂਸਲ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਸਾਰੇ ਹੀ ਵਰਕਰ ਬੜੇ ਹੀ ਜੋਸ਼ ਨਾਲ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਲਈ ਤਿਆਰ ਹਨ ਅਤੇ ਇੱਕ ਨਵੀਂ ਸੋਚ ਲੈ ਕੇ ਲੋਕ ਇਨਸਾਫ ਪਾਰਟੀ ਰੂਪਨਗਰ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਉਤਰੇਗੀ। ਭਾਜੀ ਕੀ ਮੁੱਦਾ ਅੱਜ ਦਾ ਜਿਹੜਾ ਹੈਗਾ, ਕਿਸ ਨੂੰ ਲੈ ਕੇ ਕੱਟ ਕੀਤਾ ਗਿਆ? ਸਮੂਹ ਜਿੰਨੇ ਵੀ ਮੇਰੇ ਵੀਰ ਭਰਾ ਸਮੂਹ ਸਾਧ ਸੰਗਤ ਜੀ ਇਸ ਚੈਨਲ ਨੂੰ ਦੇਖ ਰਹੇ ਅਤੇ ਸਾਡੇ ਨਾਲ ਜੋੜੇ, ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਗਰ ਨਿਗਮ ਦੀਆਂ ਇਹ ਚੋਣਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀਆਂ, ਲੋਕ ਇਨਸਾਫ ਪਾਰਟੀ ਨੇ ਵੀ ਇੱਕ ਮਨ ਬਣਾਇਆ ਕਿ ਰੋਪੜ ਸ਼ਹਿਰ ਦੇ ਵਿੱਚ ਅਸੀਂ ਵੀ ਚੋਣਾਂ ਲੜਾਂਗੇ, ਜਿਸ ਦੇ ਨਾਲ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਕਿ ਜੋ ਲੋਕ ਇਨਸਾਫ ਪਾਰਟੀ ਹੈ ਇੱਕ ਬਦਲਾਅ ਵਾਸਤੇ ਅਤੇ ਲੋਕਾਂ ਦੇ ਸਮਾਜ ਸੇਵਾ ਵਾਸਤੇ ਅਤੇ ਚੰਗੇ ਕੰਮਾਂ ਵਾਸਤੇ ਅੱਗੇ ਆ ਰਹੀ, ਜੋ ਆਮ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, BJP ਹੋਵੇ, ਉਹਨਾਂ ਤੋਂ ਲੋਕਾਂ ਦਾ ਮੋਹ ਜਿਹੜਾ ਹੈਗਾ ਉਹ ਭੰਗ ਹੋ ਚੁੱਕਿਆ। ਕਿਤੇ ਨਾ ਕਿਤੇ ਆ ਪਾਰਟੀ ਤੋਂ ਵੀ ਲੋਕ ਨਿਰਾਸ਼ ਹੋ ਚੁੱਕੇ ਅਤੇ ਅਸੀਂ ਇੱਕ ਨਵਾਂ ਬਦਲਾਅ, ਜੋ ਇੱਕ ਆਮ ਲੋਕ ਸਮਾਜ ਸੇਵੀ ਲੋਕ ਨਗਰ ਨਿਗਮ ਚੋਣਾਂ ਵਿੱਚ ਉਤਾਰਾਂਗੇ, ਜਿਸ ਦੇ ਨਾਲ 2022 ਤੋਂ ਪਹਿਲਾਂ ਅਸੀਂ ਕੁਛ ਨਾ ਕੁਛ ਅਜਿਹਾ ਕਰਕੇ ਦਿਖਾਉਣਾ ਚਾਹੁੰਦੇ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਪੂਰੇ ਸਾਰੇ ਜ਼ਿਲ੍ਹੇ 'ਚ ਇਹ ਮੈਸੇਜ ਆਵੇ ਕਿ ਇਹ ਪਾਰਟੀ ਕੁਝ ਨਾ ਕੁਝ ਲੋਕਾਂ ਵਾਸਤੇ ਕਰਨ ਵਾਸਤੇ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਸਤੇ ਅਤੇ ਆਮ ਲੋਕਾਂ ਦੀ ਇੱਕ ਪਾਰਟੀ ਹੈ। ਮੁੱਦੇ ਕੀ ਰਹਿਣਗੇ? ਸਾਡੇ ਮੁੱਦੇ ਮੇਨ ਰਹਿਣਗੇ ਜੀ, ਵਾਰਡ ਵਾਈਜ਼ ਪਹਿਲਾਂ ਜਾ ਕੇ ਅਸੀਂ ਲੋਕਾਂ ਦੀ ਸਲਾਹ ਲਵਾਂਗੇ, ਜੋ ਵੀ ਵਾਰਡ ਦੀਆਂ ਪ੍ਰੋਗਰਾਮਾਂ ਹੋਣਗੀਆਂ ਅਸੀਂ ਉਹ ਸੋਲਵ ਕਰਵਾਵਾਂਗੇ। ਰੋਪੜ ਸ਼ਹਿਰ ਇੱਕ ਦਿਨ ਟੂਰਿਸਟ ਹੈਬ ਤਾਂ, ਬੋਟ ਕਲੱਬ ਲੋਕ ਬਹੁਤ ਜ਼ਿਆਦਾ ਆਉਂਦੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਪਲਾਨਿੰਗ ਕਰਾਂਗੇ ਜੋ ਟੂਰਿਸਟ ਦੇ ਤੌਰ 'ਤੇ ਇਹਨੂੰ ਵਿਕਸਿਤ ਕੀਤਾ ਜਾਵੇ। ਅਤੇ ਨਗਰ ਨਿਗਮ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਜਿਹੜੇ ਰੋਪੜ ਸ਼ਹਿਰ ਦੇ ਸਰਕਾਰੀ ਸਕੂਲ ਹੈ ਉਹਨਾਂ ਨੂੰ ਚੰਗੇ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀਆਂ ਫੀਸਾਂ ਘੱਟ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਰੋਪੜ ਸ਼ਹਿਰ ਦੇ ਵਿੱਚ ਪ੍ਰਾਈਵੇਟ ਹਸਪਤਾਲ ਬਹੁਤ ਜ਼ਿਆਦਾ ਹੋ ਗਏ, ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦੇਖਭਾਲ ਚੰਗੀਆਂ ਸੁਵਿਧਾ ਨਹੀਂ ਹੈਗੀਆਂ। ਸਾਡਾ ਮੇਨ ਮਕਸਦ ਰਹੇਗਾ ਸਕੂਲ, ਦਵਾਈ, ਪੜ੍ਹਾਈ ਅਤੇ ਜੋ ਵੀ ਨਗਰ ਨਿਗਮ ਜੋ ਵੀ ਵਾਰਡ ਦੀਆਂ ਪ੍ਰੋਗਰਾਮਾਂ ਹੋਣਗੀਆਂ ਉਹਨੂੰ ਅਸੀਂ ਸੋਲਵ ਕਰਾਵਾਂਗੇ। ਸਰਕਾਰੀ ਸਕੂਲਾਂ ਦੀਆਂ ਫੀਸਾਂ ਘੱਟ ਕਰਾਵਾਂਗੇ, ਸਰਕਾਰੀ ਸਕੂਲਾਂ ਦੀਆਂ ਫੀਸਾਂ ਤਾਂ ਹੈ ਹੀ ਨਹੀਂ। ਬਿਲਕੁਲ ਨਹੀਂ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਘੱਟ ਕਰਾਵਾਂਗੇ, ਸਰਕਾਰੀ ਸਕੂਲਾਂ ਨੂੰ ਚੰਗੇ ਬਣਾਵਾਂਗੇ ਰੋਪੜ ਸ਼ਹਿਰ ਦੇ ਵਿੱਚ। ਅਤੇ ਕਿੱਥੋਂ ਫੰਡ ਅਰੇਂਜ ਕਰੋ? ਸਰਕਾਰ ਤਾਂ ਜਿਹੜੀ ਕਾਂਗਰਸ ਦੀ ਹੈ, ਤੁਹਾਡੀ ਤਾਂ ਵਿਰੋਧੀ ਸਰਕਾਰ ਆ, ਕਿੱਥੋਂ ਫੰਡ ਆਊਗਾ? ਬਿਲਕੁਲ, ਇਹ ਤੁਹਾਡੀ ਗੱਲ ਬਹੁਤ ਚੰਗੀ ਹੈ। 2018-19 ਦਾ ਜਿਹੜਾ ਬਜਟ ਤਾ ਉਹ 12.5 ਕਰੋੜ ਰੁਪਏ ਤਾ ਰੋਪੜ ਸ਼ਹਿਰ ਦਾ, ਜਿਸ ਵਿੱਚ 5.5 ਕਰੋੜ ਰੁਪਈਆ ਕੰਮ ਕਰਨ ਵਾਸਤੇ, 6.5 ਕਰੋੜ ਰੁਪਈਆ ਇਹਨੀ ਨਵੇਂ ਪ੍ਰੋਜੈਕਟਾਂ ਵਾਸਤੇ ਰੱਖਿਆ ਸੀਗਾ, ਪਰ ਲੋਕਾਂ ਨੂੰ ਕੁਝ ਨਹੀਂ ਪਤਾ ਲੱਗਿਆ। 6.5 ਕਰੋੜ ਰੁਪਏ ਬਹੁਤ ਜ਼ਿਆਦਾ ਹੋ ਜਾਂਦਾ। ਇੱਕ ਹਸਪਤਾਲ ਨੂੰ ਚੰਗਾ ਬਣਾਉਣ ਵਾਸਤੇ ਸਿਰਫ 1 ਕਰੋੜ ਦੀ ਜ਼ਰੂਰਤ ਹੈ, ਇੱਕ ਸਕੂਲ ਨੂੰ ਚੰਗਾ ਬਣਾਉਣ ਵਾਸਤੇ ਸਿਰਫ 5 ਤੋਂ 10 ਲੱਖ ਦੀ ਜ਼ਰੂਰਤ ਹੈ, ਜਿਸ ਦੇ ਨਾਲ ਬਹੁਤ ਤਕੜਾ ਬਦਲਾਅ ਹੋ ਸਕਦਾ। ਨਹੀਂ, ਆਪਾਂ ਗੱਲ ਕਰਦੇ ਵੀ ਵਿਕਾਸ ਕਰਾਂਗੇ, ਵਿਕਾਸ ਤਾਂ ਹਲਕਾ ਵਿਧਾਇਕ ਸੰਦੋਆ ਨਹੀਂ ਕਰਵਾ ਸਕਿਆ ਕਿਉਂਕਿ ਉਹ ਕਹਿੰਦਾ ਸਰਕਾਰ ਉੱਪਰ ਕਾਂਗਰਸ ਦੀ ਹੈ, ਅਤੇ ਤੁਸੀਂ ਇੱਕ ਕੌਂਸਲਰ ਬਣ ਕੇ ਕਿੱਦਾਂ ਵਿਕਾਸ ਕਰਾ ਦੋਗੇ? ਸਰਕਾਰ ਤੋਂ ਉੱਪਰ ਕਾਂਗਰਸ ਦੀ ਹੈ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਜਿਹੜੇ ਕੰਮ ਅਸੀਂ ਬਿਨਾਂ ਕਿਸੇ ਪਾਵਰ ਤੋਂ ਕੀਤੇ, ਗੁੰਡਾ ਵਸੂਲੀ ਬੰਦ ਕਰਾਉਣੀ, ਆਨੰਦਪੁਰ ਤੋਂ ਗੜਸ਼ੰਕਰ ਤੱਕ ਰੋਡ ਪੱਕੀ ਬਣਾਉਣੀ 45 ਦਿਨ ਧਰਨਾ ਦੇ ਕੇ, ਅਤੇ ਓਵਰਲੋਡ ਟਿੱਪਰ ਬੰਦ ਕਰਵਾਉਣੇ ਅਸੀਂ ਬਿਨਾਂ ਪਾਵਰ ਤੋਂ ਕੀਤੇ, ਸਾਨੂੰ ਜੇਕਰ ਲੋਕ ਸਾਡੇ ਨਾਲ ਸਮਝੌਤਾ ਕਰਨਗੇ, ਲੋਕ ਸਾਡੇ ਨਾਲ ਤੁਰਨਗੇ, ਜਿੱਦਾਂ ਅਸੀਂ ਪਾਵਰ ਦੇ ਵਿੱਚ ਆ ਗਏ, ਹੋਰ ਵੀ ਵੱਡੇ ਵੱਡੇ ਕੰਮ ਕਰਾਂਗੇ, ਕਰਪਸ਼ਨ ਬੰਦ ਕਰਵਾ ਦਾਂਗੇ। ਰੋਪੜ ਸ਼ਹਿਰ 'ਚ ਲੜਨੀਆਂ, ਬਾਕੀ ਰੋਪੜ ਜਿਹੜਾ ਜ਼ਿਲ੍ਹੇ ਦੇ ਵਿੱਚ 6 ਜਗ੍ਹਾ ਚੋਣਾਂ ਹੋ ਰਹੀਆਂ। ਬਿਲਕੁਲ, ਅਸੀਂ ਸਿਰਫ ਰੋਪੜ ਸ਼ਹਿਰ ਤੋਂ ਇੱਕ ਮੈਸੇਜ ਦੇਵਾਂਗੇ ਪੂਰੇ ਜ਼ਿਲ੍ਹੇ ਦੇ ਵਿੱਚ, ਸਾਡਾ ਹਜੇ ਤੱਕ ਜਿਹੜਾ ਮਨ ਹੈਗਾ ਸਿਰਫ ਰੋਪੜ ਸ਼ਹਿਰ ਦੇ ਵਿੱਚ ਚੋਣ ਲੜਨ ਦਾ ਹੈਗਾ।
असी इत्थे जित के 2022 तो पहला पहला कोई चंगे काम करके लोगों के 2022 वास्ते पूरे जिले वास्ते सुनेहा देवांगे। किन्ने वार्ड किन्ने रोपड़ दे जी? टोटल 21 वार्ड है। 21 दे 21 सारे मेंबर लड़नगे? बिल्कुल, सानू बहुत ज़्यादा फोन आ रहे इंदरजीत सिंह वर्गे असी इमानदार चंगे इंसान आम लोग जिन्हों के बच्चे बहुत पढ़े लिखे हैं तो यह जे इंसान चंगे बेदाग उतारांगे। असी बेदाग बंदे देखांगे जिदे ते कोई भ्रिष्टाचार का कोई भी किसी तरह का भी आरोप ना हो। साड़ी पार्टी का पहला मकसद है। चर्चा रहती है कि पैसे यार नशे ते बिना चोणा नहीं जित्तिया जांदिया, फिर तुसीं किद्दां मुकाबला करोगे उन्हां पार्टियां? बिल्कुल, जिहड़े दूसरियां पार्टियां पैसे नाल ते नशे दे नाल चोणा जित्तदियां, असीं बिल्कुल उहदे उल्ट है। असीं इक लोकां दे विच अपने काम दस्सांगे की कीते, अगे असीं की करना चाहते, उहदे नाल चोणा जित्तांगे।